ਪੁਲਿਸ ਵੱਲੋਂ ਜਿਹੜਾ ਇਹ ਹਾਕੀ ਟੂਰਨਾਮੈਂਟ ਕਰਾਇਆ ਜਾ ਰਿਹਾ। ਖੇਡਾਂ ਹਮੇਸ਼ਾ ਹੀ ਸਾਨੂੰ ਨਵੀਂ ਸੇਧ ਔਰ ਸਿਹਤ ਵੀ ਬਖਸ਼ਦੀਆਂ। ਬਹੁਤ ਵੱਡਾ ਉਪਰਾਲਾ ਹੈ ਸਾਡੇ ADGP ਸਾਹਿਬ, SSP ਸਾਹਿਬਾ ਔਰ DC ਸਾਹਿਬ ਸਾਰੇ ਸਾਡੇ ਕੋਲ, ਮਾਣਯੋਗ MLA ਸਾਹਿਬਾਨ ਗਰੂਪ ਗਿੱਲ ਜੀ ਤੇ ਜਗਸੀਰ ਸਿੰਘ ਜੀ ਵੀ ਨੇ। ਆਪਾਂ ਸਾਰੇ ਜਾਣਦੇ ਜੇ ਸਿਹਤ ਨਰੋਈ ਹੈ ਤਾਂ ਸਾਡਾ ਸਾਰਾ ਸਮਾਜ ਹੀ ਨਰੋਇਆ ਹੁੰਦਾ। ਕੁਛ ਸਮਾਂ ਪਹਿਲਾਂ ਸ਼ਾਇਦ ਪੰਜਾਬ ਨੂੰ ਨਜ਼ਰ ਲੱਗ ਗਈ ਕਿ ਇੱਥੇ ਕੋਈ ਇਹੋ ਜਿਹੀਆਂ ਤਾਕਤਾਂ ਜਿਹਨਾਂ ਨੂੰ ਪੰਜਾਬ ਪਾਇਆ ਨਹੀਂ। ਸਾਡੀਆਂ ਸਿਹਤਾਂ, ਸਾਡੇ ਜੁੱਸੇ, ਸਾਡੀਆਂ ਨੀਤਾਂ ਕਿੰਨੀਆਂ ਸਾਫ ਸਨ, ਉਸ ਨੂੰ ਗੱਲਾਂ ਕਰਨ ਦੇ ਲਈ ਇਹੋ ਜਿਹੀ ਬਿਮਾਰੀ ਛੱਡਣ ਦੀ ਕੋਸ਼ਿਸ਼ ਕੀਤੀ ਗਈ। ਉਹਨੂੰ ਰੋਕਣ ਦੇ ਵਾਸਤੇ ਚਾਹੇ ਅਸੀਂ ਕਿਹੋ ਜਿਹੇ ਉਪਰਾਲੇ ਵੀ ਕਰ ਲਈਏ, ਸਾਰਿਆਂ ਨਾਲੋਂ ਵਧੀਆ ਤੇ ਚੰਗਾ ਉਪਰਾਲਾ ਇਹੀ ਹੈ ਕਿ ਅਸੀਂ ਖੇਡਾਂ ਵੱਲ ਆਈਏ, ਫਿਰ ਆਪੇ ਨੌਜਵਾਨੀ ਆਪਣੇ ਸਰੀਰਾਂ ਨੂੰ ਸੰਭਾਲਣ ਲੱਗ ਜਾਂਦੀ ਹੈ। ਪੰਜਾਬ ਵਿੱਚ ਖੁਰਾਕ ਦੀ ਘਾਟ ਨਹੀਂ, ਘਰਾਂ ਵਿੱਚ ਵੀ ਸਾਡੇ ਸਾਰਿਆਂ ਦੇ ਚੰਗੇ ਜੇ ਲਵੇਰੇ ਵੀ ਕਹਿ ਲਈਏ ਤਾਂ ਹੋਇਆ ਕਰਦੇ ਨੇ। ਉਸ ਲਈ ਸਾਨੂੰ ਸਾਰਿਆਂ ਨੂੰ ਇਸ ਪਾਸੇ ਆਉਣਾ, ਕਦੇ ਆਮ ਇਸ ਵੇਲੇ ਤੋਂ ਜਿਹੜੇ ਆਪਾਂ ਸ਼ਾਮ ਨੂੰ ਖੜੇ ਹਾਂ ਪਿੰਡਾਂ ਵਿੱਚ ਆਉਂਦੇ ਸਨ ਤਾਂ ਲੋਕ ਉੱਥੋਂ ਦੇ ਬੱਚੇ ਕੋਈ ਕੁਸ਼ਤੀ ਵੱਲ ਸੀ, ਕੋਈ ਕਬੱਡੀ ਵੱਲ ਸੀ, ਕੋਈ ਹੋਰ ਖੇਡਾਂ ਵੱਲ ਸੀ। ਤਾਂ ਥੋੜਾ ਸਮਾਂ ਪਹਿਲਾਂ ਇਹ ਗੱਲਾਂ ਬਦਲਦੀਆਂ ਗਈਆਂ। ਸਰਦਾਰ ਭਗਵੰਤ ਸਿੰਘ ਮਾਨ ਹੋਰਾਂ ਨੇ ਨਵੀਂ ਸ਼ੁਰੂਆਤ ਜਿਹੜੀ ਖੇਡਾਂ ਵਤਨ ਪੰਜਾਬ ਦੀਆਂ ਕੀਤੀ, ਜਿਹਦੇ ਚ 5 ਸਾਲ ਦੇ ਬੱਚੇ ਤੋਂ ਲੈ ਕੇ 60 ਸਾਲ ਦੇ ਵਿਅਕਤੀਆਂ ਤੱਕ ਉਹਦੇ ਵਿੱਚ ਹਿੱਸਾ ਲਿਆ। ਪਿਛਲੇ ਪਹਿਲੇ ਸਾਲ 7 ਕਰੋੜ ਤੋਂ ਵੱਧ ਜਿਹੜੀ ਇਨਾਮ ਦੀ ਰਾਸ਼ੀ ਵੰਡੀ ਗਈ। ਆਉਂਦੇ ਸਾਲ ਚ ਲੋਕਾਂ ਨੇ ਵੱਧ ਚੜ ਕੇ ਹੋਰ ਹਿੱਸਾ ਲਿਆ, 11 ਕਰੋੜ ਰੁਪਈਆ ਟੱਪ ਗਿਆ। ਹੁਣ ਜਦੋਂ ਐਤਕੀ ਸ਼ੁਰੂ ਹੋਈਆਂ ਤਾਂ ਇਹ ਅੱਗੇ ਨਾਲੋਂ ਵੀ ਜ਼ਿਆਦਾ ਜਿਹੜੀ ਇਹਦੇ ਵਿੱਚ ਹਿੱਸਾ ਲੈਣ ਵਾਲੇ ਸਾਡੇ ਪੰਜਾਬ ਵਾਸੀ। ਜਿਸ ਤਰ੍ਹਾਂ ਹੁਣ ਆਪਾਂ ਖੜੇ ਹੋਏ ਹਾਂ ਇੱਥੇ, ਐਸਟ੍ਰੋ ਟਰਫ ਜਿਹੜਾ ਲੱਗਿਆ ਹੋਇਆ ਹੈ ਇਹ ਤਕਰੀਬਨ 7 ਸਾਲਾਂ ਵਾਸਤੇ ਹੁੰਦਾ ਹੈ, ਇਹਨੂੰ 13 ਸਾਲ ਹੋ ਗਏ, ਹੁਣ ਇਹ ਖਰਾਬ ਹੋ ਚੁੱਕਿਆ ਹੈ, ਕੀ ਇਹਨੂੰ ਬਦਲਣ ਦੀ ਹੁਣ ਜ਼ਰੂਰਤ ਹੈ ਜੀ? ਜਿਵੇਂ ਵੀ ਇਹਦੀ ਲੋੜ ਹੋਊ ਤਾਂ ਉਹਦਾ, ਮੈਨੂੰ ਇਸ ਬਾਰੇ ਬਹੁਤਾ ਨਹੀਂ ਮੈਂ ਗਿਆਨ, ਤਾਂ ਜ਼ਰੂਰ ਸਰਕਾਰ ਕਰੂ। ਕਿਉਂਕਿ ਜਿਸ ਤਰ੍ਹਾਂ ਹਾਕੀ ਹੁਣ ਲੋਕਾਂ ਦਾ ਸ਼ੌਂਕ ਬਣ ਗਿਆ, ਕਿਉਂਕਿ ਅਸੀਂ ਇੰਡੀਆ ਦੇ ਵਿੱਚ ਜਿੱਤ ਕੇ ਆਏ ਹਾਂ, ਤਾਂ ਲੱਗਦਾ ਨੀਗਾ ਜੀ ਇਸ ਦੇ ਵਾਸਤੇ ਹੋਰ ਵੀ ਪਿੰਡਾਂ ਦੇ ਵਿੱਚ ਇਸ ਤਰ੍ਹਾਂ ਦੇ? ਅਸਲ ਵਿੱਚ ਕਈ ਕਿਤੇ ਵੀ ਕਿਸੇ ਵੀ ਸਮਾਜ ਨੂੰ ਜਦੋਂ ਨਵੀਂ ਸੇਧ ਮਿਲਦੀ ਹੈ ਤੋ ਅਸੀਂ ਜ਼ਰੂਰ ਉਸ ਪਾਸੇ ਚੱਲਦੇ। ਸਾਡੇ ਖਿਡਾਰੀਆਂ ਨੇ ਹਾਕੀ ਵਿੱਚ ਜਿਹੜਾ ਨਾਮਣਾ ਖੱਟਿਆ, ਇਹਦੇ ਵਿੱਚ ਪੰਜਾਬ ਵੱਲੋਂ ਮੇਰਾ ਖਿਆਲ 9 ਖਿਡਾਰੀ 11 ਵਿੱਚੋਂ, ਫਿਰ ਸਾਡੇ ਬੱਚਿਆਂ ਨੂੰ ਵੀ ਇਸ ਪਾਸੇ ਰੀਸ ਆਉਂਦੀ ਹੈ ਕਿ ਕਦੇ ਸਾਡੀਆਂ ਵੀ ਇਸ ਤਰ੍ਹਾਂ ਫੋਟੋਆਂ ਆਉਣ, ਅਸੀਂ ਵੀ ਉਹਨਾਂ ਮੁਲਕਾਂ ਵਿੱਚ ਜਾ ਕੇ ਓਲੰਪਿਕਸ, ਏਸ਼ੀਅਨ ਕੋਈ ਵੀ ਗੇਮਾਂ ਹੈ ਉਹਨਾਂ ਵਿੱਚ ਹਿੱਸਾ ਲੈ ਸਕੀਏ। ਤੋ ਜਦੋਂ ਥੋੜੀ ਜਿਹੀ ਰੀਸ ਜਾਗਦੀ ਹੈ ਤੋ ਸਰੀਰਾਂ ਨੂੰ ਆਪੇ ਜਾਗ ਲੱਗਣ ਲੱਗ ਜਾਂਦੀ। ਕੋਸ਼ਿਸ਼ ਕੀਤੀ ਗਈ ਹੈ ਸਾਡੀ ਸਰਕਾਰ ਵੱਲੋਂ ਤਾਂ ਸਰਦਾਰ ਭਗਵੰਤ ਸਿੰਘ ਮਾਨ ਵੱਲੋਂ, ਜਿਹੜੇ ਖਿਡਾਰੀ ਮੈਡਲ ਲੈ ਕੇ ਆਉਂਦੇ ਨੇ ਉਹਨਾਂ ਨੂੰ ਨਾਲ ਦੀ ਨਾਲ ਉਹਨਾਂ ਦੇ ਮਹਿਕਮੇ ਚ ਜਿਹੜੀ ਖੇਡ ਖੇਡੀ ਹੈ ਉਹਦੇ ਵਿੱਚ ਕੋਚ ਲਾ ਕੇ ਬੜਾ ਲੰਮਾ ਸਮਾਂ ਅੱਗੇ ਵਾਂਗੂ ਨਹੀਂ ਉਡੀਕਣਾ ਪੈਂਦਾ। ਔਰ PCS ਵੀ ਲਾਏ ਆ, DSP ਵੀ ਲਾਏ ਆ, ਇਹ ਤੁਸੀਂ ਨਹੀਂ ਕਹਿ ਸਕਦੇ ਵੀ ਖਿਡਾਰੀਆਂ ਨੂੰ ਇਸ ਤਰ੍ਹਾਂ। ਜੇ ਕਿਸੇ ਖਿਡਾਰੀ ਦੇ ਕਿਤੇ ਨਾ ਕਿਤੇ ਨਾਮ ਨਾ ਕੱਟਿਆ ਤਾਂ ਉਹਨੂੰ ਸਰਕਾਰ ਜ਼ਰੂਰ ਭੇਜਦੇ ਨੇ। ਮੈਂ ਇਤੋਂ ਵੱਡਾ ਮੈਸੇਜ ਨੌਜਵਾਨਾਂ ਨੂੰ ਮੈਂ ਕੀ ਕਹਿ ਸਕਦਾ ਜੀ, ਇਸ ਪਾਸੇ ਖਿਆਲ ਕਰਨਗੇ ਕਿਉਂਕਿ ਸਿਹਤ ਸਾਡੀ ਆਪਣੀ ਹੈ, ਇਹ ਕਿਸੇ ਦਾ ਵਿੱਚ ਸਾਂਝ ਨਹੀਂ, ਤੇ ਜਦੋਂ ਸਾਰੇ ਅਸੀਂ ਰਲ ਜਾਂਦੇ ਫਿਰ ਸਾਂਝਾ ਬਣ ਜਾਂਦੀ ਹੈ, ਇਸ ਸਿਹਤ ਨੂੰ ਸੰਭਾਲ ਕੇ ਰੱਖੋ। ਕੇਜਰੀਵਾਲ ਸਾਹਿਬ ਨੇ ਅਸਤੀਫਾ ਦਿੱਤਾ, ਲੱਗਦਾ ਉਹਨੂੰ ਮੁੜ ਵਿਸ਼ਵਾਸ ਕੀਤੀ ਜਾਣਾ ਚਾਹੀਦਾ।
ਜਦੋਂ ਜਿਵੇਂ ਵਾਰ ਵਾਰ ਡਿੱਕੇ ਉਡਾਏ ਜਾਂਦੇ ਸੀਗੇ ਤੋ ਫਿਰ ਕੇਜਰੀਵਾਲ ਸਾਹਿਬ ਨੇ ਕਿਹਾ ਵੀ ਕਿਉਂਕਿ ਜਿਹੜਾ ਕੰਮ ਤਾਂ ਚਲਾਉਣਾ ਹੀ ਹੈ ਸਰਕਾਰ ਦਾ ਚਲਾਉਣਾ, ਉਹਨਾਂ ਨੇ ਉਸ ਤੋਂ ਪਾਸੇ ਸਰ ਇੱਕ ਪੋਲੀਟੀਕਲ ਸਵਾਲ ਹੈ ਕਿ ਹੁਣ ਝੋਨੇ ਦਾ ਸੀਜ਼ਨ ਆ ਰਿਹਾ ਕਿਉਂਕਿ ਫਿਰ ਪਿਛਲੀ ਵਾਰ ਵੀ ਜਿਹੜਾ ਪਰਾਲੀ ਦਾ ਮੁੱਦਾ ਬਹੁਤ ਛਾਇਆ ਰਿਹਾ ਤੇ ਇਸ ਵਾਰ ਆਪਾਂ ਕਿਵੇਂ ਹੱਲ ਕਰਾਂਗੇ? ਅਸੀਂ ਕਿਸਾਨ ਭਰਾਵਾਂ ਨਾਲ ਵੀ ਇਸੇ ਗੱਲ ਦਾ ਕਿ ਉਹਨਾਂ ਨਾਲ ਤਾਲਮੇਲ ਕਰਕੇ, ਔਰ ਪਿਛਲੀ ਵਾਰ 350 ਕਰੋੜ ਦੇ ਜਿਹੜੇ ਮਸ਼ੀਨਰੀ ਦਿੱਤੀ ਗਈ ਸੀ, ਐਤਕੀ ਉਹ 500 ਕਰੋੜ ਰੁਪਈਏ ਦੀ ਕੀਤੀ ਗਈ ਹੈ, ਜਿਹਦੇ ਸਾਡੀ ਸੈਂਟਰ ਵੀ ਸਹਾਇਤਾ ਕਰਦਾ ਤੇ ਪੰਜਾਬ ਸਰਕਾਰ ਲੋਕਾਂ ਨੂੰ ਕੋਸ਼ਿਸ਼ ਕੀਤੀ ਜਾ ਰਹੀ ਹੈ ਤੋ ਮਿਲੂਗੀ ਜ਼ਰੂਰ ਅੱਗੇ ਨਾਲੋਂ। ਪਿਛਲੇ ਸਾਲਾਂ ਨਾਲੋਂ ਪਿਛਲੇ ਸਾਲ ਘੱਟ ਸੀ, ਉਸ ਨਾਲੋਂ ਐਤਕੀ ਹੋਰ ਚੰਗਾ ਰਿਜ਼ਲਟ ਹੋ ਜਾਗੇ ਜੀ, ਜਦੋਂ ਜ਼ੋਰ ਲਾ ਕੇ ਕੋਸ਼ਿਸ਼ ਚੱਲੀ ਜਾਊਗੀ ਤਾਂ ਜ਼ਰੂਰ ਹੋਗਾ। ਦੇਸ਼ ਦੁਨੀਆ ਕੀ ਹਰ ਖਬਰ ਸਬਸੇ ਪਹਿਲੇ ਦੇਖਨੇ ਕੇ ਲਿਏ ਫਾਲੋ ਕਰੇ ਦੈਨਿਕ ਸਵੇਰਾ ਟੀਵੀ ਯੂਟਿਊਬ ਫੇਸਬੁੱਕ ਇੰਸਟਾਗ੍ਰਾਮ ਐਕਸ ਔਰ ਵਟਸਐਪ ਚੈਨਲ ਪਰ।